Vaheguru Ji Ka Khalsa, Vaheguru Ji Ki Fateh, Stepping Stone, PSL Reader 5 vich tuhada swagat hai. Main Ashinder Pal Kaur, aaj tuhade layi nava paath, paath number 4, Cultural Awareness leke aayi haan. Pichle paathaan vich assi chhotiyan chhotiyan kahaniyan padhiyan saan, te is paath te di ik navi gal hai, ede vich kuch shabd haan jede assi sikhaange, theek hai? So aajkal assi apne aap nu global citizen kehne haan, oda matlab ki hai? ਕਿ ਅਸੀਂ ਦੇਖਦੇ ਹਾਂ ਕਿ ਦੁਨੀਆ ਸਾਡੀ ਬੜੀ ਛੋਟੀ ਹੋ ਗਈ ਹੈ, ਅਸੀਂ ਬਹੁਤ ਨੇੜੇ ਹੋ ਗਏ ਹਾਂ ਇੱਕ ਦੂਸਰੇ ਦੇ. ਉਹਦਾ ਕਾਰਨ ਕੀ ਹੈ? ਜਾਂ ਤਾਂ ਅਸੀਂ ਬਹੁਤ ਟਰੈਵਲ ਵੀ ਕਰਦੇ ਹਾਂ, ਜਾਂ ਫਿਰ ਅੱਜ ਕੱਲ੍ਹ ਇੰਟਰਨੈਟ ਕਰਕੇ ਜਾਂ ਸੋਸ਼ਲ ਮੀਡੀਆ ਕਰਕੇ ਅਸੀਂ ਇੱਕ ਦੂਸਰੇ ਦੇ ਬਹੁਤ ਨੇੜੇ ਮਹਿਸੂਸ ਕਰਦੇ ਹਾਂ. ਦੁਨੀਆ ਵਿੱਚ ਕਿੱਥੇ ਕੀ ਵਾਪਰ ਰਿਹਾ, ਕਿਸ ਤਰ੍ਹਾਂ ਦੇ ਲੋਕ ਰਹਿੰਦੇ ਹਨ, ਕਿਸ ਤਰ੍ਹਾਂ ਦਾ ਉਹਨਾਂ ਦਾ ਸੱਭਿਆਚਾਰ ਹੈ, ਇਹ ਸਾਨੂੰ ਸਾਰਾ ਜਿਹੜਾ ਹੈਗਾ ਅੱਜ ਕੱਲ੍ਹ ਬਹੁਤ ਪਤਾ ਹੈ. ਠੀਕ, ਸੋ ਅਸੀਂ ਅੱਜ ਇਸ ਪਾਠ ਦੇ ਵਿੱਚ ਅਸੀਂ ਉਹ ਸ਼ਬਦ ਸਿੱਖਾਂਗੇ ਜਿਹੜੇ ਕਿ ਯੂਨੀਵਰਸਲੀ ਵਰਤੇ ਜਾਂਦੇ ਆ. ਸਾਰੀ ਦੁਨੀਆ ਦੇ ਵਿੱਚ ਹੀ ਇਹ ਸਾਰੇ ਸ਼ਬਦ ਇਸੇ ਤਰ੍ਹਾਂ ਵਰਤੇ ਜਾਂਦੇ ਹਨ. ਕੁੱਝ ਪੰਜਾਬੀ ਸ਼ਬਦ ਹਨ ਜਿਹੜੇ ਕਿ ਸਾਰੇ ਲੋਕ ਵਰਤਦੇ ਹਨ, ਤੇ ਕੁੱਝ ਅੰਗਰੇਜ਼ੀ ਸ਼ਬਦ ਹਨ ਜਿਹੜੇ ਅਸੀਂ ਸਾਰਿਆਂ ਨੇ ਉਹਨਾਂ ਨੂੰ ਅਡਾਪਟ ਕਰ ਲਿਆ ਹੈ, ਉਹਨਾਂ ਨੂੰ ਅਪਣਾ ਲਿਆ ਹੈ. ਉਹ ਸਾਡੇ ਵਾਸਤੇ ਬੋਰੋਡ ਜਿਹੜੇ ਹੈਗੇ ਆ ਸ਼ਬਦ ਹਨ, ਹੈਨਾ. ਸੋ ਅਸੀਂ ਜਿੱਥੇ ਵੀ ਜਾਂਦੇ ਹਾਂ ਕਿਸੇ ਕਲਚਰ ਬਾਰੇ, ਕਿਸੇ ਸੱਭਿਆਚਾਰ ਬਾਰੇ ਕੋਈ ਗੱਲ ਸਿੱਖਦੇ ਹਾਂ, ਉਹਨਾਂ ਤੋਂ ਕੋਈ ਨਵੇਂ ਆਈਡੀਆਜ਼ ਲੈਂਦੇ ਹਾਂ, ਤਾਂ ਸੱਭਿਆਚਾਰ ਦੇ ਵਿੱਚ ਕੀ ਹੁੰਦਾ? ਸੱਭਿਆਚਾਰ ਵਿੱਚ ਉਹ ਸਾਰੀਆਂ ਗੱਲਾਂ ਹੁੰਦੀਆਂ, ਭਾਸ਼ਾ ਹੁੰਦੀ ਹੈ, ਕੱਪੜੇ, ਉੱਥੋਂ ਦਾ ਰਹਿਣ ਸਹਿਣ, ਲੋਕਾਂ ਦੇ ਖਿਆਲ ਕਿਸ ਤਰ੍ਹਾਂ ਦੇ ਹਨ, ਸੋ ਇਹ ਸਾਰੇ ਖਾਣੇ ਲੋਕ ਕਿਸ ਤਰ੍ਹਾਂ ਦੇ ਖਾਂਦੇ ਆ ਉੱਥੇ, ਸੋ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਸੱਭਿਆਚਾਰ ਦਾ ਹਿੱਸਾ ਹੁੰਦੀਆਂ, ਤੇ ਉਹ ਅਸੀਂ ਸਾਰੀਆਂ ਇਹਦੇ ਵਿੱਚ ਇਸ ਪਾਠ ਦੇ ਵਿੱਚ ਅਸੀਂ ਇਹਨਾਂ ਸ਼ਬਦਾਂ ਦੇ ਰਾਹੀਂ ਅਸੀਂ ਅੱਜ ਸਿੱਖਾਂਗੇ. ਸ਼ਬਦ ਨੰਬਰ 1, ਗੁਰੂ. ਬੜਾ ਪਿਆਰਾ ਸ਼ਬਦ ਹੈ, ਤੁਹਾਨੂੰ ਸਾਰਿਆਂ ਨੂੰ ਇਸ ਸ਼ਬਦ ਦਾ ਮਤਲਬ ਪਤਾ ਹੈ, ਠੀਕ ਹੈ? ਸੋ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ. ਅਸੀਂ ਖਾਲਸਾ ਸਕੂਲ ਦੀ ਅਸੈਂਬਲੀ ਵਿੱਚ ਸਾਰੇ ਗੁਰੂ ਸਾਹਿਬਾਨ ਦੇ ਨਾਂ ਸਿੱਖਦੇ ਹਾਂ, ਠੀਕ ਹੈ? ਤੇ ਤੁਹਾਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ. ਅਵਤਾਰ. ਇਸ ਦੁਨੀਆਂ ਵਿੱਚ ਕਦੀ ਕਦੀ ਰੱਬ ਦੇ ਅਵਤਾਰ ਆਉਂਦੇ ਹਨ. ਸ਼ਬਦ ਨੰਬਰ 3, ਪਰਾਂਠਾ. ਆਲੂ ਜਾਂ ਗੋਭੀ ਦਾ ਪਰਾਂਠਾ ਲੋਕਾਂ ਦਾ ਮਨ ਪਸੰਦ ਖਾਣਾ ਹੈ, ਤੇ ਤੁਹਾਡਾ ਮਨ ਪਸੰਦ ਪਰਾਂਠਾ ਕਿਹੜਾ ਹੈ? ਉਹ ਤੁਸੀਂ ਕਹਿਣਾ, ਤੁਹਾਡੇ ਮਾਤਾ ਜੀ ਤੁਹਾਨੂੰ ਬਣਾ ਕੇ ਦੇਣਗੇ, ਮੰਮਾ ਤੁਹਾਡੇ ਬਣਾ ਕੇ ਦੇਣਗੇ ਤੁਹਾਨੂੰ, ਠੀਕ? ਨਾਨ. ਨਾਨ ਪੰਜਾਬੀ ਬ੍ਰੈਡ ਹੈ. ਨੰਬਰ 5, ਸਮੋਸਾ. ਸਮੋਸਾ ਬਹੁਤ ਸਵਾਦ ਸਨੈਕ ਹੁੰਦਾ ਹੈ. ਚਟਨੀ. ਸਮੋਸਾ ਚਟਨੀ ਨਾਲ ਸਵਾਦ ਲੱਗਦਾ ਹੈ, ਤੁਸੀਂ ਸਾਰਿਆਂ ਨੇ ਬਹੁਤ ਵਾਰੀ ਖਾਧਾ ਹੋਵੇਗਾ. ਘੀ. ਮੱਖਣ ਤੋਂ ਘੀ ਜਾਂ ਘਿਓ ਬਣਦਾ ਹੈ. ਪਜਾਮਾ. ਪਜਾਮਾ ਆਮ ਕਰਕੇ ਰਾਤ ਨੂੰ ਸੌਣ ਵੇਲੇ ਪਾਇਆ ਜਾਂਦਾ ਹੈ, ਪਰ ਤੁਸੀਂ ਦੇਖਦੇ ਹੋਵੋਗੇ ਘਰ ਵਿੱਚ ਕਈ ਵਾਰੀ ਸਾਡੇ ਬਜ਼ੁਰਗ, ਸਾਡੇ ਦਾਦਾ ਜੀ, ਨਾਨਾ ਜੀ ਜਾਂ ਹੋਰ ਕੋਈ ਵੱਡਾ ਘਰ ਦੇ ਵਿੱਚ ਦਿਨ ਵੇਲੇ ਵੀ ਪਜਾਮਾ ਸੂਟ ਪਾ ਕੇ ਰੱਖਦੇ ਹਨ, ਕੁੜਤਾ ਤੇ ਪਜਾਮਾ ਪਾਉਂਦੇ ਹਨ, ਉਹਨਾਂ ਨੂੰ ਸੌਖਾ ਲੱਗਦਾ ਹੈ, ਹੈਨਾ. ਸੋ ਸ਼ਾਲ. ਕਈ ਔਰਤਾਂ ਸਰਦੀਆਂ ਵਿੱਚ ਸ਼ਾਲ ਲੈਂਦੀਆਂ ਹਨ. ਕਸ਼ਮੀਰ. ਕਸ਼ਮੀਰ ਭਾਰਤ ਵਿੱਚ ਇੱਕ ਇਲਾਕਾ ਹੈ. ਖਾਕੀ. ਖਾਕੀ ਇੱਕ ਰੰਗ ਹੁੰਦਾ ਹੈ, ਖਾਕੀ ਇੱਕ ਤਰ੍ਹਾਂ ਦੀ ਪੈਂਟ ਵੀ ਹੁੰਦੀ ਹੈ. ਠੱਗ. ਲੋਕ ਦੂਸਰਿਆਂ ਨਾਲ ਧੋਖਾ ਕਰਦੇ ਹਨ. ਬੰਗਲਾ. ਬੰਗਲਾ ਇੱਕ ਛੋਟਾ ਜਿਹਾ ਘਰ ਹੁੰਦਾ ਹੈ, ਇਹ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ. ਬਰਾਂਡਾ. ਬਰਾਂਡਾ ਜਾਂ ਬਰਾਂਡਾ ਘਰ ਦੇ ਅੱਗੇ ਵਾਲਾ ਹਿੱਸਾ ਹੈ, ਕਈ ਘਰਾਂ ਵਿੱਚ ਛੋਟਾ ਜਿਹਾ ਬਰਾਂਡਾ ਜਿਹੜਾ ਪਿੱਛੇ ਵੀ ਬਣਿਆ ਹੁੰਦਾ ਹੈ. ਜੰਗਲ. ਜੰਗਲ ਵਿੱਚ ਬਹੁਤ ਦਰਖਤ ਹੁੰਦੇ ਹਨ. ਚੀਤਾ. ਚੀਤਾ ਸਭ ਤੋਂ ਤੇਜ਼ ਭੱਜਣ ਵਾਲਾ ਜਾਨਵਰ ਹੈ. ਤੰਦੂਰੀ. ਤੰਦੂਰੀ ਖਾਣਾ ਤੰਦੂਰ ਵਿੱਚ ਪਕਾਇਆ ਜਾਂਦਾ ਹੈ. ਬਾਜ਼ਾਰ. ਬਾਜ਼ਾਰ ਵਿੱਚ ਕਈ ਦੁਕਾਨਾਂ ਹੁੰਦੀਆਂ ਹਨ. ਸੋ ਹੁਣ ਦੇਖੋਗੇ ਬੱਚੋ, ਤੁਹਾਡਾ ਜਿਸ ਤਰ੍ਹਾਂ ਹਰ ਹਫ਼ਤੇ ਘਰ ਦਾ ਕੰਮ ਹੁੰਦਾ ਹੈ, ਸੋਮਵਾਰ ਮੰਗਲਵਾਰ ਘਰ ਦਾ ਕੰਮ, ਠੀਕ ਹੈ? ਇਹਦੇ ਵਿੱਚ ਕੁਛ ਸ਼ਬਦ ਕੁਛ ਜ਼ਿਆਦਾ ਹਨ, ਸੋ ਤੁਸੀਂ ਥੋੜਾ ਜਿਹਾ ਕੰਮ ਸੋਮਵਾਰ ਕਰੋਗੇ, ਥੋੜਾ ਜਿਹਾ ਕੰਮ ਤੁਸੀਂ ਮੰਗਲਵਾਰ ਕਰੋਗੇ. ਸੋ ਇਹ ਬੋਰੋਡ ਇੰਗਲਿਸ਼ ਵਰਡਸ ਹੈਗੇ ਆ, ਠੀਕ ਹੈ, ਜਿਹਨਾਂ ਨੂੰ ਅਸੀਂ ਪੰਜਾਬੀ ਵਿੱਚ ਵਰਤਦੇ ਹਾਂ. ਸੋ ਇਹਨਾਂ ਜਿਹੜੇ ਸ਼ਬਦ ਹਨ ਇਹਨਾਂ ਨੂੰ ਤੁਸੀਂ ਦੋ ਵਾਰੀ ਇੱਥੇ ਲਿਖੋਗੇ, ਰਾਈਟ ਵਰਡ ਇਨ ਪੰਜਾਬੀ, ਰਾਈਟ ਵਰਡ ਅਗੇਨ, ਠੀਕ ਹੈ? ਸੋ ਤੁਸੀਂ ਬੇਸ਼ੱਕ ਇੱਕ ਦਿਨ ਇੱਕ ਸਾਰੇ ਸ਼ਬਦ ਲਿਖ ਲਓ, ਦੂਸਰੇ ਦਿਨ ਇਹ ਲਿਖ ਲਓ, ਜਿਸ ਤਰ੍ਹਾਂ ਵੀ ਤੁਸੀਂ ਸਮਝੋ, ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗੇ ਤੁਸੀਂ ਉਹ ਕੰਮ ਕਰਨਾ, ਥੋੜੇ ਥੋੜੇ ਸ਼ਬਦ
ਦੋਨਾਂ ਦਿਨਾਂ ਵਿੱਚ ਲਿਖ ਕੇ ਤੇ ਇਹ ਜਿਹੜੀ ਐਕਸਰਸਾਈਜ਼ ਹੈ ਇਹਨੂੰ ਤੁਸੀਂ ਕੰਪਲੀਟ ਕਰੋਗੇ। ਪਹਿਲਾ ਵਰਡ ਹੈਗਾ ਕਲਾਸ, ਦੂਸਰਾ ਬਾਏ, ਕਾਪੀ ਤੁਸੀਂ ਗੁਰਮੁਖੀ ਦੇ ਵਿੱਚ ਲਿਖੋਗੇ, ਇਹਨਾਂ ਨੂੰ ਕਿਸ ਤਰ੍ਹਾਂ ਲਿਖਣਾ, ਕਾਪੀ ਨੂੰ ਅਸੀਂ ਲਿਖਾਂਗੇ ਕਾਪੀ, ਠੀਕ ਹੈ। ਕੰਪਿਊਟਰ, ਕੋਟ, ਕੱਪ, ਕੈਮਰਾ, ਡੈਸਕ, ਗੈਸ, ਹੈਲੋ, ਆਈਫੋਨ, ਨੈਪਕਿਨ, ਬਟਨ, ਲਾਇਬ੍ਰੇਰੀ। ਸੋ ਤੁਹਾਨੂੰ ਸਾਰਿਆਂ ਨੂੰ ਇੰਗਲਿਸ਼ ਪੜ੍ਹਨੀ ਆਉਂਦੀ ਹੈ, ਮੈਨੂੰ ਕੋਈ ਵਰੀ ਨਹੀਂ ਇਹਦੇ ਲਈ, ਤੇ ਤੁਸੀਂ ਸਾਰੇ ਇਸ ਸ਼ਬਦ ਦੇ ਤੁਸੀਂ ਪੜ੍ਹੋਗੇ ਤੇ ਤੁਸੀਂ ਇਹਨਾਂ ਨੂੰ ਫਿਰ ਜਿਸ ਤਰ੍ਹਾਂ ਤੁਸੀਂ ਇੰਗਲਿਸ਼ ਵਿੱਚ ਪੜ੍ਹ ਕੇ ਤੁਸੀਂ ਸੋਚਦੇ ਉਹਨਾਂ ਦੇ ਪੰਜਾਬੀ ਜਿਹੜੇ ਸ਼ਬਦ ਜੋੜ ਹੋਣਗੇ ਗੁਰਮੁਖੀ ਦੇ ਵਿੱਚ, ਤੁਸੀਂ ਇਹਨਾਂ ਸ਼ਬਦਾਂ ਨੂੰ ਲਿਖੋਗੇ, ਠੀਕ। ਤੇ ਇਸ ਤਰ੍ਹਾਂ ਦੇਖੋ, ਲੁੱਕ ਐਟ ਦ ਲਿਸਟ ਆਫ ਦ ਬੋਰੋਡ ਵਰਡਸ, ਪੁੱਟ ਅ ਸਟਾਰ ਨੈਕਸਟ ਟੂ ਦ ਵਰਡ ਯੂ ਨੋ ਐਂਡ ਪੁੱਟ ਐਨ ਐਕਸ ਔਨ ਦ ਵਰਡਸ ਯੂ ਹੈਵ ਨੈਵਰ ਹਰਡ ਬਿਫੋਰ। ਸੋ ਠੀਕ, ਤੁਹਾਨੂੰ ਉਹਦੇ ਨਾਲ ਪਤਾ ਲੱਗੇਗਾ ਕਿ ਤੁਸੀਂ ਕਿੰਨੇ ਨਵੇਂ ਸ਼ਬਦ ਸਿੱਖੇ ਆ ਇਹਦੇ ਵਿੱਚ, ਠੀਕ। ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਕਰਦਾ ਕੰਮ, ਬੋਰੋਡ ਵਰਡਸ, ਰੀਡ ਦੀਜ਼ ਵਰਡਸ, ਯੂਜ਼ ਦੀਜ਼ ਵਰਡਸ ਇਨ ਸੈਂਟੈਂਸਿਸ, ਯੂ ਮੇ ਰਾਈਟ ਅ ਫਿਊ ਸੈਂਟੈਂਸਿਸ ਈਚ ਡੇ, ਰਾਈਟ। ਸੋ ਤੁਹਾਡੇ ਕੋਲ ਇੰਨੇ ਸ਼ਬਦ ਹਨ, ਇਹਦੇ ਵਿੱਚੋਂ ਤੁਸੀਂ ਜਿੱਦਾਂ ਤਿੰਨ ਦਿਨਾਂ ਦੇ ਵਿੱਚ ਵੰਡ ਕੇ ਕੰਮ ਕਰ ਲਓਗੇ, ਠੀਕ ਹੈ। ਸੋ ਗੁਰੂ ਜਿਸ ਤਰ੍ਹਾਂ ਅਸੀਂ ਕਿਹਾ ਸੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹਨ, ਤੇ ਤੁਸੀਂ ਦੂਸਰੇ ਗੁਰੂ ਸਾਹਿਬਾਂ ਨਾਲ ਲਿਖ ਸਕਦੇ ਹੋ, ਜਾਂ ਸਾਡੇ 10 ਗੁਰੂ ਸਾਹਿਬਾਨ ਹਨ, ਠੀਕ ਹੈ, ਸਾਡੇ ਹੁਣ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ। ਸੋ ਤੁਸੀਂ ਇਸ ਤਰ੍ਹਾਂ ਕਰਕੇ ਕੁਛ ਵੀ ਇਹਦੇ ਲਈ ਸੈਂਟੈਂਸ ਜਿਹੜੇ ਲਿਖ ਸਕਦੇ ਹੋ, ਤੇ ਤੁਸੀਂ ਮਦਦ ਲੈ ਸਕਦੇ ਹੋ ਕਿਤਾਬ ਵਿੱਚੋਂ, ਜਾਂ ਤੁਸੀਂ ਆਪਣੇ ਮੰਮੀ ਜਾਂ ਪਾਪਾ ਜੀ ਦੀ ਮਦਦ ਲੈ ਕੇ ਇਹ ਕੰਮ ਕਰ ਸਕਦੇ ਹੋ। ਤੇ ਇਹਦੇ ਵਿੱਚ ਤੁਸੀਂ ਜਿੰਨੇ ਸ਼ਬਦ ਸਿੱਖੇ ਇਹ ਤੁਹਾਡੀ ਇੱਕ ਤਰ੍ਹਾਂ ਜਿਹੜੀ ਸ਼ਬਦ ਜੋੜੇ ਨੇ ਸਿੱਖ ਲਓਗੇ ਤੁਸੀਂ, ਤੇ ਤੁਹਾਡੀ ਵੋਕੈਬਲਰੀ ਵੱਧ ਗਈ, ਠੀਕ ਹੈ, ਤੁਹਾਨੂੰ ਕਿੰਨੇ ਸਾਰੇ ਨਵੇਂ ਸ਼ਬਦ ਆ ਗਏ। ਸੋ ਓਕੇ ਬੱਚਿਓ, ਅੱਜ ਇੰਨਾ ਹੀ, ਅਗਲੇ ਹਫ਼ਤੇ ਆਪਾਂ ਫਿਰ ਮਿਲਾਂਗੇ ਨਵੇਂ ਪਾਠ ਦੇ ਨਾਲ, ਠੀਕ ਹੈ। ਸੋ ਹੁਣ ਆਪਾਂ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।